ਚੀਫ ਜਸਟਿਸ ਨੇ ਆਖਿਆ ਕਿ ਜਿਹੜੇ ਸਰਕਾਰੀ ਮੁਲਾਜ਼ਮ ਆ ਉਹਨਾਂ ਨੂੰ ਸਰਕਾਰ ਚਾਹੁੰਦੀ ਨਹੀਂ ਕਿ ਸਹੀ ਕੰਮ ਕਰਨ। ਓਕੇ, ਤੇ ਉੱਤੋਂ ਤੋਂ ਲੈ ਕੇ ਥੱਲੇ ਤੱਕ ਸਾਰਾ ਕੰਮ ਉਹਨਾਂ ਦੀ ਮਰਜ਼ੀ ਨਾਲ ਚੱਲਦਾ। ਥਾਣੇ ਵੰਡੇ ਆ, ਜ਼ਿਲ੍ਹੇ ਵੰਡੇ ਆ, ਡੀਸੀ ਵੰਡੇ ਆ, ਜੱਜ ਵੰਡੇ ਆ, ਤੇ 40-45 ਬੰਦੇ ਤੇ ਮੱਧ ਪ੍ਰਦੇਸ਼ ਚ ਮਾਰ ਦਿੱਤੇ ਗਏ ਆ। ਬਾਪੂ ਆਸਾ ਰਾਮ ਦੇ ਕਿੰਨੇ ਮਾਰੇ ਗਏ ਆ, ਤੇ ਗਵਾਹੀ ਦਵਾ ਕਿਹੜਾ ਕਿਹੜਾ ਆਪਣਾ ਟੱਬਰ ਮਰਵਾਵੇ। ਤੇ ਹਾਂ, ਜਿਹੜੀ ਜੱਸੀ ਦੀ ਗੱਲ ਕਰਦੇ, ਇਹਦੇ ਸਾਰੀ ਵੀਡੀਓ ਕਾਨਫਰੰਸ ਕੀ ਕਰਨੀ ਆ? ਇਹ ਤੇ ਸਾਰੀ ਉਹਦਾ ਜੱਜਾਂ ਦੇ ਸਾਹਮਣੇ ਬਿਆਨ ਦੇ ਕੇ ਮਰਿਆ ਬੰਦਾ, ਉਹਨਾਂ ਦੇ ਸਾਹਮਣੇ ਦਵਾਈ ਪੀਤੀ। ਬਿਲਕੁਲ, ਜਦੋਂ ਉਹਨੇ ਦਵਾਈ ਪੀਤੀ ਆ, ਇਨਫੈਕਟ ਸਾਡੇ ਕੋਲ ਸ਼ਾਇਦ ਉਹਦੇ ਸ਼ਾਰਟਸ ਵੀ ਹੋਣਗੇ, ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਉਹ ਸ਼ਾਰਟਸ ਪਲੇ ਕਰੀਏ। ਜਦੋਂ ਉਹਨੇ ਦਵਾਈ ਪੀਤੀ ਆ, ਉਹ ਜ਼ਹਿਰ ਪੀ ਰਿਹਾ ਵਾ, ਉਦੋਂ ਉੱਥੇ ਜੱਜ ਸਾਹਿਬਾਨ ਉਸ ਵੇਲੇ ਉੱਥੇ ਹਾਜ਼ਰ ਸਨ ਜਦੋਂ ਜਸਿੰਦਰ ਸਿੰਘ ਜੱਸੀ ਜਿਹੜਾ ਵਾ ਉਹਨੇ ਆਪਣੀ ਇਹ ਖੁਦਕੁਸ਼ੀ ਕੀਤੀ ਆ। ਹੋਰ ਵੀ ਬਹੁਤ ਸਾਰੇ ਜਿਹੜੇ ਗਵਾਹ ਸੀਗੇ ਉਹ ਉਸ ਵੇਲੇ ਉੱਥੇ ਹਾਜ਼ਰ ਸਨ, ਉਹਨਾਂ ਨੇ ਸਭ ਕੁਝ ਵੇਖਿਆ ਜੋ ਕੁਝ ਹੋਇਆ। ਪ੍ਰਗਟ ਜੀ, ਹੋਰ ਵੀ ਕੁਝ ਸੁਝਾਅ ਦੇਣਾ ਚਾਹੁੰਦੇ ਤੁਸੀਂ? ਹੈਲੋ, ਤੁਸੀਂ ਕੋਈ ਸੁਝਾਅ ਵੀ ਦੇਣਾ ਚਾਹੁੰਦੇ ਵੀ ਇਹਦੇ ਬਾਰੇ ਕੀ ਕਰਨ ਦੀ ਲੋੜ ਆ? ਹਾਂਜੀ, ਤੁਸੀਂ ਅਮਰੀਕਾ ਕੈਨੇਡਾ ਦੀ ਗੱਲ ਕਰਨਾ ਚਾਹੁੰਦੇ ਤੇ ਇੱਥੇ ਤੇ ਸਾਡੇ ਮੰਤਰੀ ਖੁਸ਼ ਨਹੀਂ ਹੋਏ ਵੀ ਇੱਥੋਂ ਦੀ ਫੋਰਸ ਹੀ ਨਹੀਂ ਚੰਗੀ, ਪੁਲਿਸ ਨਹੀਂ ਚੰਗੀ। ਉੱਥੇ ਇੱਕ ਮੰਤਰੀ ਆਉਂਦਾ ਤੇ ਡੰਡੇ ਮਾਰ ਮਾਰ ਭਜਾਉਂਦੇ ਆ ਲੋਕਾਂ ਨੂੰ ਵੀ ਤੁਸੀਂ ਕੁਐਸਚਨ ਕਿਉਂ ਕਰਦੇ ਜੇ, ਤੇ ਤੁਸੀਂ ਕਿੱਥੋਂ ਇਹਨਾਂ ਇੰਡੀਆ 'ਚੋਂ ਕਿੱਥੋਂ ਕੋਈ ਨਿਆਂ ਲੈ ਲੂਗਾ ਜੀ? ਪਰ ਮੇਰੇ ਖਿਆਲ ਆ ਕਿਸੇ ਕੈਨੇਡਾ ਦੇ ਫੈਡਰਲ ਮਿਨਿਸਟਰ ਨੇ ਉਹਨਾਂ ਦਾ ਜਵਾਬ ਵੀ ਦਿੱਤਾ ਵਾ। ਪ੍ਰਗਟ ਜੀ,